ਜਿਹੜਾ ਪਰਮਾਤਮਾ ਹੈ ਉਹਨੂੰ ਪਤਾ ਹੈ ਕਿ ਮੈਂ ਆਪਦੇ ਬੱਚੇ ਨੂੰ ਕਿੱਥੇ ਲੈ ਕੇ ਜਾਣਾ। ਸੋ ਅਸੀਂ ਇਹ ਸਾਰੀਆਂ ਕਲਾਸਾਂ ਨੇ, ਸਟੈਪਸ ਨੇ, ਪਹਿਲੀ ਵੀ ਕਲਾਸ ਸੀ, ਸ਼ੂਟਰ ਵੀ, ਚੂਬਰ ਵੀ ਕਲਾਸ, ਇਹ ਵੀ ਕਲਾਸ ਆ। ਸੋ ਮੈਂ ਇੱਦਾਂ ਨਹੀਂ ਕਦੀ ਸੋਚਦਾ ਕਿ ਇਹਦੇ 'ਚ ਕੀ ਰਿਜ਼ਲਟ ਆਉਣਾ, ਮੈਂ ਇੱਦਾਂ ਸੋਚਦਾ ਮੈਨੂੰ ਪਤਾ ਪਰਮਾਤਮਾ ਬੈਠਾ ਉਹਨੇ ਮੈਨੂੰ ਕਿੱਥੇ ਲੈ ਕੇ ਜਾਣਾ। ਸੋ ਮੈਂ ਉਹਦੇ ਲਈ ਉਹ ਮਿਹਨਤ ਕਰਦਾ ਰਿਹਾ। ਕਿੰਨੇ ਕੁ ਮੈਡਲ ਵੈਸੇ ਤੁਸੀਂ ਐਕਚੁਅਲ 'ਚ ਜਿਹੜੇ ਨੇ ਜਿੱਤੇ ਨੇ ਘਰੇ ਲੈ ਕੇ ਆਏ ਹੋ? ਮੇਰੇ ਕੋਲ ਟੋਟਲ ਅਰਾਊਂਡ, ਮੈਨੂੰ ਐਗਜ਼ੈਕਟ ਨਹੀਂ ਪਤਾ, 64 ਦੇ ਅਰਾਊਂਡ ਹੈਗੇ ਆ ਮੇਰੇ ਕੋਲ ਮੈਡਲ। ਸੋ 64 ਕੁ ਮੈਡਲ ਨੇ ਉਹ ਰੇਸਾਂ ਦੇ ਨੇ ਅਤੇ ਮਾਰਸ਼ਲ ਆਰਟਸ, ਜ਼ਿਆਦਾ ਮਾਰਸ਼ਲ ਆਰਟਸ ਦੇ ਨੇ। ਸੋ ਪੜ੍ਹਾਈ ਦਾ ਕੋਈ ਮੈਡਲ ਨਹੀਂ ਹੈਗਾ। ਸੋ ਇੱਕ ਜਿਹੜਾ ਸ਼ੋਅ ਗਿਆ ਸੀ ਉੱਥੇ ਦੇ ਮੈਡਲ ਨੇ। ਸੋ ਅਲੱਗ ਅਲੱਗ ਹਰ ਸਾਲ ਜਿੰਨੀਆਂ ਵੀ ਇਵੈਂਟਸ ਹੁੰਦੇ ਸੀ ਸਕੂਲ 'ਚੋਂ ਸਾਰੇ ਪਾਰਟੀਸਪੇਟ ਕਰਦਾ ਸੀ। ਸੋ ਗੋਲਡ, ਸਿਲਵਰ, ਬ੍ਰੌਂਜ਼ ਆਉਂਦੇ ਰਹਿੰਦੇ ਸੀ। ਸੋ ਵਧੀਆ ਬਾਣੀ ਨਾਲ ਐਕਸਪੀਰੀਅੰਸ ਕਿਹੋ ਜਿਹਾ ਲੱਗਿਆ, ਕਿਉਂਕਿ ਉਹਨਾਂ ਦੀ ਵੀ ਡੈਬਿਊ ਹੈ? ਬਾਣੀ ਦਾ ਬਹੁਤ ਵਧੀਆ, ਐਂਡ ਮੈਂ ਬੜਾ ਬਲੈਸਡ ਮੰਨਦਾ ਆਪਣੇ ਆਪ ਨੂੰ ਕਿ ਉਹਨਾਂ ਦਾ ਡੈਬਿਊ ਮੇਰੇ ਨਾਲ ਹੋ ਰਿਹਾ, ਕਿਉਂ ਪਹਿਲੀਆਂ ਦੋ ਫਿਲਮਾਂ ਦੇ ਵਿੱਚ ਸ਼ੂਟਰ 'ਚ ਵੀ ਡੈਬਿਊ ਸੀ ਸਵਾਲਿਨਾ ਦਾ, ਚੁੱਪ 'ਚ ਦ੍ਰਿਸ਼ਟੀ ਦਾ, ਇਹਦੇ 'ਚ ਬਾਣੀ ਦਾ। ਐਂਡ ਆਈ ਹੋਪ ਕਿ ਮੈਂ ਸਹੀ ਕਰ ਰਿਹਾ ਹੋਊਗਾ, ਤਾਂ ਹੀ ਰੱਬ ਮੈਨੂੰ ਕਹਿੰਦਾ ਕਿ ਚੱਲ ਕਿ ਇਹਨਾਂ ਦਾ ਵੀ ਡੈਬਿਊ ਤੇਰੇ ਨਾਲ ਆ ਰਿਹਾ, ਜ਼ਿੰਮੇਦਾਰੀ ਦਿੱਤਾ। ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਐਂਡ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਉਹਨਾਂ ਦਾ ਕੰਮ ਪਸੰਦ ਆਊਗਾ ਬਹੁਤ ਜ਼ਿਆਦਾ। ਇੱਕ ਨਵੀਂ ਹੀਰੋਇਨ ਮਿਲੂਗੀ ਇੰਡਸਟਰੀ ਨੂੰ, ਐਂਡ ਜਿੱਦਾਂ ਦਾ ਲੋਕ ਉਹਨਾਂ ਨੂੰ ਸੋਚਦੇ ਨੇ, ਉਹਨਾਂ ਨੇ ਬਿਲਕੁਲ ਆਪੋਜ਼ਿਟ ਕੰਮ ਕਰਕੇ ਆਪਦਾ ਕਰੈਕਟਰ ਤੋੜ ਕੇ ਕੀਤਾ। ਲੇਡੀ ਬਹੁਤ ਰੋਂਦੀ ਹੋਈ ਨਜ਼ਰ ਆ। ਸੋ ਇਦਾਂ ਤੁਸੀਂ ਕਦੀ ਬਾਣੀ ਨੂੰ ਦੇਖਿਆ ਨਹੀਂ? ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਐਂਡ ਆਮ ਸੋ ਹੈਪੀ ਕਿ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਸੋ ਤੁਹਾਨੂੰ ਪੂਰਾ ਯਕੀਨ ਹੈ, ਕਿਉਂਕਿ ਇੱਥੇ ਜ਼ੁਬਾਨੀ ਬਹੁਤ ਸਾਰੀਆਂ ਕਮਿਟਮੈਂਟਸ ਹੁੰਦੀਆਂ ਨੇ, ਲੇਕਿਨ ਜਦੋਂ ਉਹੀ ਕਮਿਟਮੈਂਟਸ ਪੇਪਰ ਤੇ ਹੋਣ ਵਾਲੀਆਂ ਜਾਂ ਇੰਪਲੀਮੈਂਟ ਕਰਨ ਵਾਲਾ ਟਾਈਮ ਆਉਂਦਾ ਤੇ ਬੜੀਆਂ ਜ਼ੁਬਾਨਾਂ ਮੁਕਰਦੀਆਂ ਤੁਸੀਂ ਜ਼ਰੂਰ ਵੇਖਿਆ ਹੋਣ। ਮੈਂ ਪਿਛਲੀ ਵਾਰੀ ਵੀ ਕਿਹਾ ਨਾ, ਬੜੇ ਲੋਕਾਂ ਨੂੰ ਬੁਰੀਆਂ ਵੀ ਲੱਗਦੀਆਂ ਮੇਰੀਆਂ ਗੱਲਾਂ। ਮੈਂ ਜਿੰਨੀਆਂ ਤੁਹਾਡੇ ਨਾਲ ਇੰਟਰਵਿਊ ਕਰਦਾ ਉਹ 'ਚ ਮੈਂ ਕਹਿ ਤਾਂ ਦਿੰਦਾ, ਬਾਅਦ 'ਚ ਮੈਨੂੰ ਇੰਡਸਟਰੀ ਲੈ ਕਹਿੰਦੇ ਤੂੰ ਇੰਨਾ ਸਾਡੇ ਬਾਰੇ ਬੋਲ ਦਿੰਦਾ, ਬਟ ਮੈਨੂੰ, ਮੈਂ ਸੱਚ ਬੋਲਦਾ, ਮੈਂ ਤਾਂ ਇੰਨੀ ਕਿ ਕਿਸੇ ਦਾ ਪੱਖ ਰੱਖ ਕੇ ਬੋਲਦਾ ਜਾਂ ਦਿਲੋਂ ਕਿਸੇ ਲਈ ਮਾੜਾ ਸੋਚਦਾ, ਮੈਂ ਵਧੀਆ ਸੋਚਦਾ। ਮੈਨੂੰ ਤਾਂ ਸਿਰਫ ਇਸ ਗੱਲ ਦੀ ਪ੍ਰੋਬਲਮ ਹੁੰਦੀ ਕਿ ਜੇ ਇੱਕ ਸਾਊਥ ਦਾ ਸਿਨੇਮਾ, ਮੈਨੂੰ ਇਹ ਨਹੀਂ, ਮੈਂ ਚਾਹੁੰਦਾ ਕਿ ਸਾਊਥ ਦੇ ਸਿਨੇਮੇ ਵਰਗਾ ਸਿਨੇਮਾ ਬਣਾਉਣਾ। ਮੈਂ ਚਾਹੁੰਦਾ ਜੇ ਸਾਊਥ ਦੇ ਵਿੱਚ ਛੋਟੀਆਂ ਛੋਟੀਆਂ ਇੰਡਸਟਰੀਆਂ ਐਡੀਆਂ ਵੱਡੀਆਂ ਹੋ ਸਕਦੀਆਂ, ਤਾਂ ਪੰਜਾਬ ਤਾਂ ਜਿੰਨੀ ਮੈਨ ਪਾਵਰ ਪੰਜਾਬ ਕੋਲ, ਜਿੰਨਾ ਹੌਸਲਾ ਪੰਜਾਬ ਕੋਲ, ਜਿੰਨੀ ਹਿੰਮਤ ਪੰਜਾਬ ਕੋਲ, ਜਿੰਨਾ ਇਤਿਹਾਸ ਪੰਜਾਬ ਕੋਲ, ਉਹਨੂੰ ਯੂਜ਼ ਕਰਕੇ ਜੇ ਤੁਸੀਂ ਫਿਲਮ ਬਣਾਓਗੇ ਤਾਂ ਕਿਉਂ ਨਹੀਂ ਚੱਲੂਗੀ, ਚੱਲੂਗੀ। ਪੱਕਾ ਕੁਝ ਨਵਾਂ ਆਉਣ ਵਾਲਾ, ਉਹਦੇ ਵਿੱਚ ਪ੍ਰਦੀਪ ਰਾਵਤ ਨੇ, ਗਜਨੀ ਫੇਮ। ਸੋ ਮੈਨੂੰ ਪਲੀਜ਼ ਦੱਸੋ ਥੋੜਾ ਜਿਹਾ ਇਹ ਫਿਲਮ। ਮੈਂ ਤੁਹਾਨੂੰ ਇਹ ਦੇਖੋ, ਮੈਂ ਸਾਰੇ ਲੋਕ ਨਾ, ਜਦੋਂ ਮੈਂ ਇੱਕ ਗੱਲ ਦੱਸਦਾ, ਜਦੋਂ ਤੁਸੀਂ ਕਿਸੇ ਵੀ ਬੰਦੇ ਦੀ ਇੰਟਰਵਿਊ ਕਰਦੇ ਆ ਜਿਨ੍ਹਾਂ ਨੇ ਫਿਲਮਾਂ ਕੀਤੀਆਂ ਹੁੰਦੀਆਂ, ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਸ ਫਿਲਮ 'ਚ ਕੀ ਵੱਖਰਾ ਹੈ, ਉਹ ਅੱਗੋਂ ਬੰਦਾ ਜਵਾਬ ਦਿੰਦਾ ਇਹ 'ਚ ਜੀ ਸਾਰਿਆਂ ਤੋਂ ਵੱਖਰੀ ਫਿਲਮ ਬਣਾਈ ਹੈ, ਬਹੁਤ ਵਧੀਆ ਨਾ, ਮੈਂ ਹੀ ਬੰਦ ਕਰ ਦਿੰਦਾ ਕਿ ਯਾਰ ਐਵੇਂ ਕਹੀ ਜਾਂਦਾ। ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਬੰਦਾ ਇਸ ਇੰਟਰਵਿਊ ਦੇ ਕੇ ਮਤਲਬ ਕਹਾਂ ਮੈਂ ਬਹੁਤ ਵੱਖਰਾ ਕੀਤਾ, ਮੈਂ ਇਹ ਕਹਿੰਦਾ ਮੈਂ ਵਨ ਆਫ ਦੀ ਬੈਸਟ ਫਿਲਮ ਬਣਾਈ ਹੈ। ਸੋ ਮੈਂ ਇਹ ਕਹੂੰਗਾ ਕਿ ਸ਼ੂਟਰ ਤੋਂ ਵਧੀਆ ਫਿਲਮ ਆ, ਚੋਬਰ ਤੋਂ ਵਧੀਆ ਫਿਲਮ ਆ, ਸ਼ੂਟਰ ਚੋਬਰ ਤੋਂ ਵਧੀਆ ਟ੍ਰੇਲਰ ਹੋਊਗਾ, ਐਂਡ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ, ਐਂਡ ਇਸ ਫਿਲਮ ਨੂੰ ਦੇਖ ਕੇ ਇਹ ਕਹਿ ਸਕੋਗੇ ਤੁਸੀਂ ਕਿ ਹਾਂ ਪੰਜਾਬ ਨੂੰ ਇਦਾਂ ਦੀਆਂ ਐਕਸ਼ਨ ਫਿਲਮਾਂ ਬਣਾਉਣੀਆਂ ਚਾਹੀਦੀਆਂ। ਇੱਕ ਹੁੰਦੀ ਹੈ ਕਲਾ ਨੂੰ ਸਲਾਮ, ਤੇ ਦੂਜੀ ਹੁੰਦੀ ਹੈ ਹਿੰਮਤ ਨੂੰ ਸਲਾਮ, ਤੇ ਤੀਜੀ ਹੁੰਦੀ ਹੈ ਜਨੂਨ ਨੂੰ ਸਲਾਮ, ਤੇ ਚੌਥੀ ਹੁੰਦੀ ਹੈ ਜਜ਼ਬੇ ਨੂੰ ਸਲਾਮ। ਇਹ ਸਾਰੀਆਂ ਸਲਾਮਾਂ ਇੱਕ ਸ਼ਖਸ ਨੂੰ ਨਹੀਂ, ਕਿਉਂਕਿ ਲਗਾਤਾਰ ਮਿਹਨਤ ਜਾਰੀ ਹੈ, ਲਗਾਤਾਰ ਨਵੇਂ ਸਿਨੇਮੇ 'ਤੇ ਕੰਮ ਕੀਤਾ ਜਾ ਰਿਹਾ, ਚੈਲੇਂਜਸ ਆਉਂਦੇ ਨੇ, ਲੇਕਿਨ ਇਹ ਬੰਦਾ ਹਰ ਵਾਰ ਚੁੱਕ ਕੇ ਐਕਸੈਪਟ ਕਰਦਾ, ਤੇ ਫਿਰ ਉੱਠਦਾ, ਫਿਰ ਅੱਗੇ ਵਧਣ ਦੀ ਤਿਆਰੀ ਕਰਦਾ, ਔਰ ਅੱਜ ਫਿਰ ਸਾਡੇ ਨਾਲ ਮੈਡਲ ਲੈ ਕੇ ਹਾਜ਼ਰ ਹੋ ਚੁੱਕਿਆ। ਸੋ ਮੈਡਲ ਲਈ ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ ਜੀ, ਕੀ ਹਾਲ ਹੈ? ਮੈਂ ਬਹੁਤ ਵਧੀਆ, ਤੁਸੀਂ ਦੱਸੋ? ਮੈਂ ਬਿਲਕੁਲ ਠੀਕ ਹਾਂ। ਮੈਂ ਤੁਹਾਡਾ ਫੋਨ ਦਾ ਕਵਰ ਦੇਖਣਾ ਹੈ। ਹੈ ਨਹੀਂ ਕਵਰ ਕੋਈ? ਜੋ ਕੁਛ ਤੁਸੀਂ ਫੇਸ ਕਰਦੇ ਹੋ ਸਾਡੇ ਸਾਰਿਆਂ ਦੇ ਸਾਹਮਣੇ ਹੈ, ਇੰਨੀ ਹਿੰਮਤ ਕਿੱਥੋਂ ਲੈ ਕੇ ਆਉਂਦੇ ਹੋ? ਇਹ ਸਾਰਾ ਪਿਆਰ ਹੈ ਜੀ ਆਡੀਅੰਸ ਦਾ, ਐਂਡ ਇੱਕ ਜਰਨੀ ਦੀ ਸ਼ੁਰੂਆਤ ਆ। ਜਿੱਦਾਂ ਜਦੋਂ ਇੱਕ ਬੱਚਾ ਦੂਜੀ ਕਲਾਸ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਉਹਦਾ ਸੁਪਨਾ ਇਹ ਹੁੰਦਾ ਉਸ ਟਾਈਮ 'ਤੇ ਕਿ ਮੈਂ ਅਗਲੀ ਕਲਾਸ 'ਚ ਜਾਣਾ। ਸੋ ਘਰਦਿਆਂ ਨੂੰ ਇਹ ਪਤਾ ਹੁੰਦਾ ਕਿ ਪਲੱਸ ਟੂ ਕਰਾ ਕੇ ਗ੍ਰੈਜੂਏਸ਼ਨ ਕਰਾਉਣੀ ਹੈ। ਸੋ ਘਰਦਿਆਂ ਨੂੰ ਬੇਸਿਕਲੀ ਪਤਾ ਹੁੰਦਾ, ਉੱਦਾਂ ਹੀ ਜਿਹੜਾ ਪਰਮਾਤਮਾ ਹੈ ਉਹਨੂੰ ਪਤਾ ਹੈ ਕਿ ਮੈਂ ਆਪਦੇ ਬੱਚੇ ਨੂੰ ਕਿੱਥੇ ਲੈ ਕੇ ਜਾਣਾ। ਸੋ ਅਸੀਂ ਇਹ ਸਾਰੀਆਂ ਕਲਾਸਾਂ ਨੇ, ਸਟੈਪਸ ਨੇ, ਪਹਿਲੀ ਵੀ ਕਲਾਸ ਸੀ, ਸ਼ੂਟਰ ਵੀ, ਚੋਬਰ ਵੀ ਕਲਾਸ, ਇਹ ਵੀ ਕਲਾਸ ਆ। ਸੋ ਮੈਂ ਇੱਦਾਂ ਨਹੀਂ ਕਦੀ ਸੋਚਦਾ ਕਿ ਇਹਦੇ 'ਚ ਕੀ ਰਿਜ਼ਲਟ ਆਉਣਾ, ਮੈਂ ਇੱਦਾਂ ਸੋਚਦਾ ਮੈਨੂੰ ਪਤਾ ਪਰਮਾਤਮਾ ਬੈਠਾ ਉਹਨੇ ਮੈਨੂੰ ਕਿੱਥੇ ਲੈ ਕੇ ਜਾਣਾ। ਸੋ ਮੈਂ ਉਹਦੇ ਲਈ ਉਹ ਮਿਹਨਤ ਕਰਦਾ ਰਹਿੰਦਾ ਜੀ। ਸੋ ਮੈਡਲ, ਕਿੰਨੇ ਕੁ ਮੈਡਲ ਵੈਸੇ ਤੁਸੀਂ ਐਕਚੁਅਲ 'ਚ ਜਿਹੜੇ ਨੇ ਜਿੱਤੇ ਨੇ ਘਰੇ ਲੈ ਕੇ ਆਏ ਹੋ ਪ੍ਰਾਊਡ ਦੇ ਨਾਲ, ਐਂਡ ਇੱਕ ਹੋਰ ਗੱਲ, ਜਿਹੜੇ ਮੈਡਲ ਤੁਹਾਨੂੰ ਪਿਆਰ ਦੇ ਮਿਲਦੇ ਨੇ ਉਹ ਤੇ ਓਬਵੀਅਸ ਜੀ ਗੱਲ ਹੈ, ਸਾਡਾ ਹੌਸਲਾ ਅਫਜ਼ਾਈ ਕਰਦੇ ਨੇ, ਤੇ ਜਿਹੜੇ ਮੈਡਲ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਦੇ ਨੇ ਜਿਨ੍ਹਾਂ ਦਾ ਜਵਾਬ ਤੁਸੀਂ ਬੜੇ ਪੋਜ਼ਿਟਿਵ ਅੰਦਾਜ਼ ਦੇ ਨਾਲ ਦਿੰਦੇ ਹੋ, ਮੈਂ ਉਹਨਾਂ ਬਾਰੇ ਵੀ ਜਾਣਾਂਗੀ। ਪਹਿਲੇ ਉਹ ਮੈਡਲ ਜਿਹੜੇ ਘਰੇ ਪਏ ਨੇ ਮੇਰੇ ਕੋਲ ਟੋਟਲ ਅਰਾਊਂਡ, ਮੈਨੂੰ ਐਗਜ਼ੈਕਟ ਨਹੀਂ ਪਤਾ, 64 ਦੇ ਅਰਾਊਂਡ ਹੈਗੇ ਆ ਮੇਰੇ ਕੋਲ ਮੈਡਲ। ਅੱਛਾ, ਐਕਟੀਵਿਟੀਜ਼ ਸਕੂਲ ਦੀਆਂ ਕਿਹੜੀਆਂ ਕਿਹੜੀਆਂ 'ਚ ਤੁਸੀਂ ਮਤਲਬ ਪਾਰਟਿਸਿਪੇਟ ਕਰ?
ਸੋ 64 ਮੈਡਲ ਨੇ ਉਹ ਰੇਸਾਂ ਦੇ ਨੇ ਤੇ ਮਾਰਸ਼ਲ ਆਰਟਸ ਜ਼ਿਆਦਾ ਮਾਰਸ਼ਲ ਆਰਟਸ ਦੇ ਨੇ ਸੋ ਪੜ੍ਹਾਈ ਦਾ ਕੋਈ ਮੈਡਲ ਨਹੀਂ ਹੈਗਾ ਸੋ ਇੱਕ ਜਿਹੜਾ ਸ਼ੋਅ ਗਿਆ ਸੀ ਉੱਥੇ ਦੇ ਮੈਡਲ ਨੇ ਸੋ ਅਲੱਗ ਅਲੱਗ ਹਰ ਸਾਲ ਜਿੰਨੀਆਂ ਵੀ ਇਵੈਂਟਸ ਹੁੰਦੇ ਸੀ ਸਕੂਲ 'ਚ ਸਾਰੇ 'ਚ ਪਾਰਟੀਸਪੇਟ ਕਰਦਾ ਸੀ ਸੋ ਗੋਲਡ ਸਿਲਵਰ ਬ੍ਰੌਂਜ਼ ਆਉਂਦੇ ਰਹਿੰਦੇ ਸੀ ਸੋ ਵਧੀਆ ਸੋ ਇੱਕ ਮੈਡਲ ਤੁਹਾਨੂੰ ਆਰਟਿਸਟ ਤੁਹਾਨੂੰ ਬਹੁਤ ਮਿਲਦਾ ਹੈ ਨਾ ਇਹ ਸੋਸ਼ਲ ਮੀਡੀਆ ਤੇ ਸੋ ਬੀਜੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਉਹ ਫੀਲ ਉਹ ਅਹਿਸਾਸ ਕਿਸ ਤਰ੍ਹਾਂ ਤੁਸੀਂ ਕੈਰੀ ਕਰਦੇ ਹੋ ਕਿਉਂਕਿ ਇਟਸ ਵੈਰੀ ਡਿਫੀਕਲਟ ਮੈਨੂੰ ਤਾਂ ਕੋਈ ਘਰ 'ਚ ਵੀ ਮਾੜੀ ਜਿਹੀ ਗੱਲ ਕਹਿੰਦੇ ਨਾ ਅਤੇ ਉਹ ਮਹੀਨਾ ਅਸਰ ਰੱਖਦੀ ਹੈ ਕਿ ਹਾਏ ਉਹਨੇ ਮੈਨੂੰ ਇਹ ਕਹਿਤਾ ਵੀ ਮੈਂ ਕਿੱਦਾਂ ਹੁਣ ਇਸ ਚੀਜ਼ ਨੂੰ ਵੀ ਇਹ ਸੱਚ ਆ ਮਤਲਬ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ ਹਾਓ ਯੂ ਮੈਨੇਜ ਐਜ਼ ਐਨ ਆਰਟਿਸਟ ਔਰ ਐਜ਼ ਐਨ ਹਿਊਮਨ ਬੀਂਗ ਟੂ ਮੈਨੂੰ ਤਾਂ ਲੱਗਦਾ ਕਿ ਇਹ ਸਾਰਾ ਕੁਝ ਤੁਹਾਡੇ ਦਿਮਾਗ ਦੀ ਸੋਚ ਆ ਅਤੇ ਪੁਆਇੰਟ ਆਫ ਵਿਊ ਆ ਤੁਸੀਂ ਕਿਸੇ ਗੱਲ ਕਿਸੇ ਨੇ ਤੁਹਾਨੂੰ ਕੋਈ ਗੱਲ ਕੀ ਤੁਸੀਂ ਉਹਨੂੰ ਕਿੱਦਾਂ ਸੋਚਦੇ ਹੋ ਕਿਸੇ ਨੂੰ ਨਹੀਂ ਪਤਾ ਤੁਸੀਂ ਕੀ ਦੇਖਦੇ ਹੋ ਰੋਜ਼ ਤੁਸੀਂ ਕਿੰਨਾ ਸਫ਼ਰ ਤੈਅ ਕਰਕੇ ਆਏ ਹੋ ਤੁਸੀਂ ਕਿੰਨੀ ਸਟਰਗਲ ਕੀਤੀ ਕਿਸੇ ਨੂੰ ਨਹੀਂ ਪਤਾ ਲੋਕ ਤੁਹਾਨੂੰ ਕੁਛ ਕਹਿਣ ਲੱਗ ਜਾਂਦੇ ਨੇ ਜਦੋਂ ਤੁਸੀਂ ਕਿਸੇ ਸਟੇਜ 'ਤੇ ਖੜ੍ਹੇ ਹੁੰਦੇ ਆ ਸੋ ਉੱਥੇ ਸਟੇਜ 'ਤੇ ਖੜ੍ਹਨ ਤੱਕ ਜਿਹੜਾ ਜ਼ੋਰ ਲੱਗਾ ਹੁੰਦਾ ਬੰਦੇ ਦਾ ਉਹ ਬੰਦੇ ਨੂੰ ਪਤਾ ਹੁੰਦਾ ਸੋ ਜੇ ਕੋਈ ਬੰਦਾ ਥੱਲੇ ਇੱਕ ਕੋਈ ਗੱਲ ਕਹਿ ਵੀ ਦਿੰਦਾ ਹੈ ਤਾਂ ਤੁਸੀਂ ਉਸ ਗੱਲ ਨੂੰ ਸੁਣ ਕੇ ਸਟੇਜ ਤੋਂ ਵਾਪਸ ਜਾਓਗੇ ਫਿਰ ਤਾਂ ਤੁਸੀਂ ਮੂਰਖ ਹੋ ਜਿਹੜਾ ਇੰਨਾ ਸਫ਼ਰ ਤੈਅ ਕਰਕੇ ਆਏ ਸੋ ਮੈਂ ਇੱਦਾਂ ਸੋਚਦਾ ਹੁੰਦਾ ਕਿ ਜੇ ਕੋਈ ਬੰਦਾ ਕਹਿ ਰਿਹਾ ਮੇ ਬੀ ਉਹਦੀ ਮੈਂਟੈਲਿਟੀ ਉਹਦਾ ਪੁਆਇੰਟ ਆਫ ਵਿਊ ਹੋਵੇ ਮੇਰੇ ਲਈ ਇਹ ਚੈਲੰਜ ਹੋ ਜਾਂਦਾ ਕਿ ਉਹ ਬੰਦਾ ਹੁਣ ਆਪਦਾ ਪੁਆਇੰਟ ਆਫ ਵਿਊ ਕਦੋਂ ਚੇਂਜ ਕਰੂਗਾ ਸੋ ਜੇ ਇੱਕ ਬੰਦੇ ਨੇ ਕਿਸੇ ਨੇ ਇਹ ਕਹਿਤਾ ਕਿ ਯਾਰ ਇਹ ਵਧੀਆ ਐਕਟਿੰਗ ਨਹੀਂ ਕਰਦਾ ਸਪੋਜ਼ ਕਰੋ ਤਾਂ ਜੇ ਉਹ 2 ਫਿਲਮਾਂ ਬਾਅਦ ਇਹ ਕਹਿਣ ਲੱਗ ਜਾਵੇ ਕਿ ਯਾਰ ਇਹਦੇ ਵਰਗਾ ਐਕਟਰ ਕੋਈ ਨਹੀਂ ਤਾਂ ਮੇਰੀ ਉਹ ਜਿੱਤੀ ਹੈ ਸੋ ਮੇਰੀ ਉਹ ਲੜਾਈ ਨਹੀਂ ਗੀ ਕਿ ਤੂੰ ਕਿਵੇਂ ਕਹਿਤਾ ਮੇਰੀ ਜਿੱਤ ਹੈ ਕਿ ਜੇ ਮੈਂ ਉਹਨੂੰ ਉਹਦਾ ਪੁਆਇੰਟ ਆਫ ਵਿਊ ਬਦਲਦਾ ਸੋ ਮੈਂ ਇਹ ਪੁਆਇੰਟ ਆਫ ਵਿਊ ਬੜਿਆਂ ਦੇ ਬਦਲੇ ਪਹਿਲਾਂ ਸੋ ਹੁਣ ਮੋਸਟਲੀ ਸਾਰਿਆਂ ਦੇ ਬਦਲ ਹੀ ਗਏ ਆ ਜਿਨ੍ਹਾਂ ਦੇ ਨਹੀਂ ਬਦਲੇ ਉਹ ਵੀ ਬਦਲ ਜਾਣਗੇ ਬੀਜੀ ਬਹੁਤ ਪੇਸ਼ੈਂਸ ਹੈ ਤੁਹਾਡੇ 'ਚ ਆਈ ਮਸਟ ਸੇ ਕਿਉਂਕਿ ਜਦੋਂ ਵੀ ਅਸੀਂ ਕੋਈ ਬਹੁਤ ਵੱਖਰਾ ਜਾਂ ਕੋਈ ਸੋਹਣਾ ਕੰਮ ਕਰਦੇ ਹਾਂ ਸਾਨੂੰ ਤਾਂ ਪਤਾ ਹੀ ਹੁੰਦਾ ਨਾ ਆਡੀਅੰਸ ਦਾ ਅੱਛਾ ਭਰਵਾਂ ਹੁੰਗਾਰਾ ਮਿਲ ਰਿਹਾ ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਵੱਡੀ ਸਕਰੀਨ 'ਤੇ ਦੇਖਾਂਗੇ ਉਹ ਵੇਲਾ ਜਿਹੜਾ ਹੈ ਉਹ ਜੇ ਦੇ ਲਈ ਕਿਹੋ ਜਿਹਾ ਵੇਲਾ ਹੁੰਦਾ ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਜਦੋਂ ਫਿਲਮਾਂ ਰਿਲੀਜ਼ ਹੋਣ ਜੇਕਰ ਇਹ ਕੌਨਸੈਪਟ ਤਾਂ ਮੈਂ ਕਹਿੰਦੀ ਹਾਂ ਕਿ ਛਾ ਜਾਣ ਪਰ ਉਹ ਪ੍ਰੋਸੈਸ ਇੰਨਾ ਡਿਫੀਕਲਟ ਹੋ ਜਾਂਦਾ ਤੁਹਾਡੀ ਫਿਲਮਾਂ ਦੀ ਜਰਨੀ ਦੇ ਥਰੂ ਆਈ ਮੀਨ ਹਾਓ ਯੂ ਹੈਂਡਲ ਦਿਸ ਐਂਡ ਹੁਣ ਕੀ ਸੋਚਦੇ ਹੋ ਤੁਸੀਂ ਇਸ ਪੂਰੇ ਪ੍ਰੋਸੈਸ ਨੂੰ ਅਤੇ ਇੰਡਸਟਰੀ ਨੂੰ ਔਰ ਸਿਨੇਮਾ ਦੇ ਟ੍ਰੈਂਡ ਨੂੰ ਲੈ ਕੇ ਤੁਸੀਂ ਕੁਛ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਪਹਿਲਾਂ ਤੁਸੀਂ ਸੋਚਦੇ ਆ ਕਿ ਫਿਲਮ ਬਣਾਉਣਾ ਔਖਾ ਪਹਿਲਾਂ ਫਿਰ ਤੁਹਾਨੂੰ ਇਹ ਪਤਾ ਲੱਗਦਾ ਫਿਲਮ ਬਣਾ ਕੇ ਲੋਕਾਂ ਤੱਕ ਪਹੁੰਚਾਉਣਾ ਔਖਾ ਸੋ ਫਿਰ ਤੁਸੀਂ ਨੈਕਸਟ ਟਾਈਮ ਜਦੋਂ ਕਿਸੇ ਲੋਕਾਂ ਨਾਲ ਕੰਮ ਕਰਦੇ ਕਿਸੇ ਵੀ ਬੰਦੇ ਨਾਲ ਤੁਹਾਨੂੰ ਇਹ ਹੁੰਦਾ ਹੁੰਦਾ ਕਿ ਇਕੱਲਾ ਬੰਦਾ ਫਿਲਮ ਨਾ ਬਣਾਵੇ ਇਹਨੂੰ ਲੋਕਾਂ ਤੱਕ ਪਹੁੰਚਾਵੇ ਸੋ ਤੁਸੀਂ ਸਟੈਪ ਬਾਏ ਸਟੈਪ ਸਿੱਖਦੇ ਜਾਂਦੇ ਆ ਜੇ ਤੁਸੀਂ ਇਹਨੂੰ ਐਜ਼ ਅ ਲਰਨਿੰਗ ਲੈ ਕੇ ਜਾਂਦੇ ਆ ਤਾਂ ਤੁਸੀਂ ਸਿੱਖਦੇ ਆ ਜੇ ਤੁਸੀਂ ਇਹਨੂੰ ਲਰਨਿੰਗ ਨਹੀਂ ਲੈ ਕੇ ਜਾ ਰਹੇ ਤਾਂ ਫਿਰ ਤੁਸੀਂ ਹਰ ਫਿਲਮ ਦੇ ਵਿੱਚ ਸੇਮ ਫੇਸ ਪ੍ਰੋਬਲਮ ਕਰੋਗੇ ਸੋ ਮੈਨੂੰ ਲੱਗਦਾ ਕਿ ਪਿਛਲੀ ਫਿਲਮ ਦੇ ਵਿੱਚ ਚੋਬਰ 'ਚ ਅਸੀਂ ਸਿਰਫ ਉਹਦੇ ਟ੍ਰੇਲਰ ਤੋਂ ਬਾਅਦ ਸਿਰਫ ਇੰਟਰਵਿਊਜ਼ ਕੀਤੀਆਂ ਸੀ ਸੋ ਇਸ ਫਿਲਮ 'ਚ ਅਸੀਂ ਉਹਦਾ ਪੋਸਟਰ ਲਾਂਚ ਕਰ ਰਹੇ ਹਾਂ ਤਾਂ ਉਹਦੀ ਲਈ ਇੰਟਰਵਿਊ ਕਰ ਰਹੇ ਹਾਂ ਸੋ ਮੈਨੂੰ ਲੱਗਦਾ ਕਿ ਇਹ ਇੱਕ ਸਟੈਪ ਬਾਏ ਸਟੈਪ ਆ ਹੈ ਨਾ ਸੋ ਇਹਦੇ ਟ੍ਰੇਲਰ 'ਤੇ ਵੀ ਕਰਾਂਗੇ ਫਿਰ ਇਹਦਾ ਟ੍ਰੇਲਰ ਤੁਸੀਂ ਦੇਖੋਗੇ ਸਾਰੇ ਦੇਖਣਗੇ ਫਿਰ ਉਹ ਸਾਰੇ ਲੋਕਾਂ ਤੱਕ ਪਹੁੰਚ ਜਾਵੇ ਉਹਦੀ ਜਰਨੀ ਰਹੂ ਮੇਰੀ ਗੱਲ ਸੁਣੋ ਮਤਲਬ ਮੈਂ ਆਪਣੇ ਉਹਦੇ ਤੇ ਪੁੱਛ ਰਿਹਾ ਤੁਹਾਨੂੰ ਬੁਰਾ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਇਨਸਾਨ ਆ ਉਹ ਕਿਸੇ ਦਾ ਬੁਰਾ ਕਰਦਾ ਹੈ ਤੇ ਜੇ ਤੁਸੀਂ ਇਹ ਸੋਚਦੇ ਹੋ ਕਿ ਇਨਸਾਨ ਨੇ ਬੁਰਾ ਕਰਤਾ ਤੇ ਫਿਰ ਤੁਹਾਡਾ ਰੱਬ ਤੇ ਵਿਸ਼ਵਾਸ ਨਹੀਂ ਜੇ ਤੁਹਾਨੂੰ ਐ ਲੱਗਦਾ ਕਿ ਇਹਨੇ ਤੁਹਾਡਾ ਬੁਰਾ ਕਰਤਾ ਤੁਹਾਡਾ ਰੱਬ ਤੇ ਵਿਸ਼ਵਾਸ ਆ ਤੁਹਾਨੂੰ ਉਹਦੇ ਵਰਗੇ 10 ਬੰਦੇ ਤੁਹਾਨੂੰ ਸਪੋਰਟ ਕਰਨ ਵਾਲੇ ਵੀ ਮਿਲ ਜਾਣਗੇ ਤੇ ਮੇਰੇ ਨਾਲ ਇਦਾਂ ਹੀ ਹੁੰਦਾ ਸੋ ਜੇ ਮੈਨੂੰ ਐ ਲੱਗਦਾ ਕਿਸੇ ਨੇ ਮੇਰਾ ਬੁਰਾ ਕੀਤਾ ਮੈਂ ਉਹਦੇ ਨਾਲ ਜਾ ਕੇ ਲੜਦਾ ਥੋੜੀ ਹੈ ਉਹ ਤੂੰ ਮੇਰਾ ਮਾੜਾ ਕਰਦਾ ਤੂੰ ਮੈਂ ਕਹਿੰਦਾ ਵੇਟ ਕਰੋ ਫਿਰ ਜਿਹਨੇ ਬੁਰਾ ਕੀਤਾ ਹੁੰਦਾ ਫਿਰ ਉਹ ਤੁਹਾਡਾ 10 × 10 ਕਰਕੇ ਚੰਗਾ ਕਰਨ ਦੀ ਕੋਸ਼ਿਸ਼ ਵੀ ਕਰਦਾ ਬਟ ਉਹ ਤਾਂ ਹੀ ਹੁੰਦਾ ਜੇ ਤੁਸੀਂ ਅੰਦਰੋਂ ਇਦਾਂ ਸੋਚਦੇ ਆ ਕਿ ਇਹ ਮੇਰੀ ਜਰਨੀ ਦੇ ਰਸਤੇ 'ਚ ਆਏ ਹੋਏ ਰੋੜੇ ਨੇ ਇਹ ਮੇਰੀ ਜਰਨੀ ਦੇ ਨਾਲ ਜਾਣ ਵਾਲੇ ਲੋਕ ਨਹੀਂਗੇ ਸੋ ਤੁਹਾਡੀ ਜਰਨੀ ਕਿਸੇ ਬੰਦੇ ਦੇ ਨਾਲ ਕਦੀ ਇਫੈਕਟ ਨਹੀਂ ਹੋਊਗੀ ਤਾਂ ਫਿਰ ਕੁਝ ਮੈਟਰ ਨਹੀਂ ਕਰਦਾ ਫਿਰ ਤੁਸੀਂ ਮੈਟਰ ਕਰਦੇ ਹੋ ਫਿਰ ਆਪ ਜੀ ਸੋ ਵਟ ਅਬਾਊਟ ਮੈਡਲ ਹੁਣ ਮੈਡਲ ਲੈ ਰਿਹਾ ਕਿ ਕੀ ਦਿਮਾਗ 'ਚ ਚੱਲ ਰਿਹਾ ਕਿਉਂਕਿ ਅਸੀਂ ਤਾਂ ਸਿਰਫ ਪੋਸਟਰ ਦੇਖਿਆ ਹੈ ਨਾ ਅਤੇ ਇੱਕ ਫੋਟੋ ਨੇ ਮੈਨੂੰ ਬਹੁਤ ਮਤਲਬ ਮੈਨੂੰ ਬਹੁਤ ਵਧੀਆ ਲੱਗੀ ਹੈ ਕਿਉਂਕਿ ਉਹਦੇ ਵਿੱਚ ਪੱਕਾ ਕੁਛ ਨਵਾਂ ਆਉਣ ਵਾਲਾ ਉਹਦੇ ਵਿੱਚ ਪ੍ਰਦੀਪ ਰਾਵਤ ਨੇ ਗਜਨੀ ਫੇਮ ਸੋ ਮੈਨੂੰ ਪਲੀਜ਼ ਦੱਸੋ ਥੋੜ੍ਹਾ ਜਿਹਾ ਇਹ ਫਿਲਮ ਮੈਂ ਤੁਹਾਨੂੰ ਇਹ ਦੇਖੋ ਮੈਂ ਸਾਰੇ ਲੋਕ ਨਾ ਜਦੋਂ ਮੈਂ ਇੱਕ ਗੱਲ ਦੱਸਦਾ ਜੋ ਤੁਸੀਂ ਕਿਸੇ ਵੀ ਬੰਦੇ ਦੀ ਇੰਟਰਵਿਊ ਕਰਦੇ ਆ ਜਿਨ੍ਹਾਂ ਨੇ ਫਿਲਮਾਂ ਕੀਤੀਆਂ ਹੁੰਦੀਆਂ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਸ ਫਿਲਮ 'ਚ ਕੀ ਵੱਖਰਾ ਹੈ ਉਹ ਅੱਗੋਂ ਬੰਦਾ ਜਵਾਬ ਦਿੰਦਾ ਇਹ 'ਚ ਜੀ ਸਾਰਿਆਂ ਤੋਂ ਵੱਖਰੀ ਫਿਲਮ ਬਣਾਈ ਹੈ ਬਹੁਤ ਵਧੀਆ ਨਾ ਉਹ ਮੈਂ ਹੀ ਬੰਦ ਕਰ ਦਿੰਦਾ ਕਿ ਯਾਰ ਐਵੇਂ ਕਹੀ ਜਾਂਦਾ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਬੰਦਾ ਇਸ ਇੰਟਰਵਿਊ ਦੇਖ ਕੇ ਮੈਂ ਤੁਹਾਨੂੰ ਕਹਾਂ ਮੈਂ ਬਹੁਤ ਵੱਖਰਾ ਕੀਤਾ ਮੈਂ ਇਹ ਕਹਿੰਦਾ ਮੈਂ ਵਨ ਆਫ ਦੀ ਬੈਸਟ ਫਿਲਮ ਬਣਾਈ ਹੈ ਸੋ ਮੈਂ ਇਹ ਕਹੂੰਗਾ ਕਿ ਸ਼ੂਟਰ ਤੋਂ ਵਧੀਆ ਫਿਲਮ ਆ ਚੋਬਰ ਤੋਂ ਵਧੀਆ ਫਿਲਮ ਆ ਸ਼ੂਟਰ ਚੋਬਰ ਤੋਂ ਵਧੀਆ ਟ੍ਰੇਲਰ ਹੋਊਗਾ ਐਂਡ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਐਂਡ ਇਸ ਫਿਲਮ ਨੂੰ ਦੇਖ ਕੇ
ਇਹ ਕਹਿ ਸਕੋਗੇ ਤੁਸੀਂ ਕਿ ਹਾਂ ਪੰਜਾਬ ਨੂੰ ਇਦਾਂ ਦੀਆਂ ਐਕਸ਼ਨ ਫਿਲਮਾਂ ਬਣਾਉਣੀਆਂ ਚਾਹੀਦੀਆਂ ਬੜੇ ਲੋਕਾਂ ਨੂੰ ਬੁਰੀਆਂ ਵੀ ਲੱਗਦੀਆਂ ਮੇਰੀਆਂ ਗੱਲਾਂ ਮੈਂ ਜਿੰਨੀਆਂ ਤੁਹਾਡੇ ਨਾਲ ਇੰਟਰਵਿਊ ਕਰਦਾ ਮੈਂ ਕਹਿ ਤਾਂ ਦਿੰਦਾ ਬਾਅਦ ਚ ਮੈਨੂੰ ਇੰਡਸਟਰੀ ਵਾਲੇ ਕਹਿੰਦੇ ਤੂੰ ਇੰਨਾ ਸਾਡੇ ਬਾਰੇ ਬੋਲ ਦਿੰਦਾ ਬਟ ਮੈਨੂੰ ਮੈਂ ਸੱਚ ਬੋਲਦਾ ਮੈਂ ਤਾਂ ਇਹ ਨੀ ਕਿ ਕਿਸੇ ਦਾ ਪੱਖ ਰੱਖ ਕੇ ਬੋਲਦਾ ਜਾਂ ਦਿਲੋਂ ਕਿਸੇ ਲਈ ਮਾੜਾ ਸੋਚਦਾ ਮੈਂ ਵਧੀਆ ਸੋਚਦਾ ਮੈਨੂੰ ਤਾਂ ਸਿਰਫ ਇਸ ਗੱਲ ਦੀ ਪ੍ਰੋਬਲਮ ਹੁੰਦੀ ਕਿ ਜੇ ਇੱਕ ਸਾਊਥ ਦਾ ਸਿਨੇਮਾ ਮੈਨੂੰ ਇਹ ਨਹੀਂ ਮੈਂ ਚਾਹੁੰਦਾ ਕਿ ਸਾਊਥ ਦੇ ਸਿਨੇਮੇ ਵਰਗਾ ਸਿਨੇਮਾ ਬਣਾਉਣਾ ਮੈਂ ਚਾਹੁੰਦਾ ਜੇ ਸਾਊਥ ਦੇ ਵਿੱਚ ਛੋਟੀਆਂ ਛੋਟੀਆਂ ਇੰਡਸਟਰੀਆਂ ਐਡੀਆਂ ਵੱਡੀਆਂ ਹੋ ਸਕਦੀਆਂ ਅਤੇ ਪੰਜਾਬ ਤਾਂ ਜਿੰਨੀ ਮੈਨ ਪਾਵਰ ਪੰਜਾਬ ਕੋਲ ਜਿੰਨਾ ਹੌਸਲਾ ਪੰਜਾਬ ਕੋਲ ਜਿੰਨੀ ਹਿੰਮਤ ਪੰਜਾਬ ਕੋਲ ਜਿੰਨਾ ਇਤਿਹਾਸ ਪੰਜਾਬ ਕੋਲ ਉਹਨੂੰ ਯੂਜ਼ ਕਰਕੇ ਜੇ ਤੁਸੀਂ ਫਿਲਮ ਬਣਾਓਗੇ ਤਾਂ ਕਿਉਂ ਨਹੀਂ ਚੱਲੂਗੀ ਚੱਲੂਗੀ ਬਟ ਉਹਦੇ ਵੱਲ ਫੋਕਸ ਕਰਨ ਲਈ ਕੋਈ ਤਾਂ ਬੰਦਾ ਹੋਊਗਾ ਕੋਈ ਤਾਂ ਵਧੀਆ ਮੇਕਰ ਆਊਗਾ ਕੋਈ ਤਾਂ ਵਧੀਆ ਰਾਈਟਰ ਹੋਊਗਾ ਜਿਹੜਾ ਇਤਿਹਾਸ 'ਤੇ ਲਿਖੂਗਾ ਸੋ ਹੁਣ ਇੱਕ ਦੋ ਪ੍ਰੋਜੈਕਟਸ ਆ ਰਹੇ ਨੇ ਅੱਗੇ ਹੈ ਨਾ ਮੈਨੂੰ ਸੁਣਨ 'ਚ ਆ ਰਿਹਾ ਕਿ ਵਧੀਆ ਨੇ ਸੋ ਆਈ ਹੋਪ ਕਿ ਉਹ ਸਾਰੀਆਂ ਫਿਲਮਾਂ ਵਰਕ ਕਰਨ ਤਾਂ ਕਿ ਪੰਜਾਬੀ ਸਿਨੇਮਾ ਵੱਡਾ ਹੋਵੇ ਅੱਛਾ ਇੱਕ ਬੜਾ ਅਹਿਮ ਸਵਾਲ ਹੈ ਫਿਲਮ ਭਾਵੇਂ ਆਡੀਅੰਸ ਸਿਨੇਮਾ ਤੱਕ ਪਹੁੰਚ ਪਾਵੇ ਜਾਂ ਨਾ ਪਾਵੇ ਚਲੋ ਜੋ ਵੀ ਪਰਮਾਤਮਾ ਦੀ ਮੈਨੂੰ ਮੇਰੇ ਮੰਮੀ ਕਹਿੰਦੇ ਹੁੰਦੇ ਆ ਕਿ ਜਦੋਂ ਕੁਝ ਲੇਟ ਹੋ ਰਿਹਾ ਹੁੰਦਾ ਨਾ ਤਾਂ ਕੁਝ ਬਹੁਤ ਘੈਂਟ ਪਰਮਾਤਮਾ ਘੜ ਰਿਹਾ ਹੁੰਦਾ ਸੋ ਮੈਂ ਤੁਹਾਡੇ ਲਈ ਉਹੀ ਦੁਆ ਵੀ ਮੰਗਦੀ ਹਾਂ ਔਰ ਮੈਨੂੰ ਉਹ ਤੁਹਾਡੇ ਲਈ ਲੱਗਦਾ ਵੀ ਹੈ ਪਰ ਮੇਰੀ ਗੱਲ ਸੁਣੋ ਤੁਹਾਨੂੰ ਲੋੜ ਕੀ ਹੈ ਤੁਹਾਨੂੰ ਤਾਂ ਓਟੀਟੀ ਦੀ ਵੀ ਲੋੜ ਹੈ ਨਹੀਂ ਤੁਸੀਂ ਤਾਂ ਸੋਸ਼ਲ ਮੀਡੀਆ 'ਤੇ ਛਾ ਜਾਂਦੇ ਹੋ ਰੀਲਾਂ ਦੇ ਥਰੂ ਅਤੇ ਸ਼ਾਰਟ ਵੀਡੀਓਜ਼ ਦੇ ਥਰੂ ਜਦੋਂ ਆਪਣੀਆਂ ਰੀਲਾਂ ਖੁਦ ਦੇਖਦੇ ਹੋ ਕਿ ਮਤਲਬ ਬੈਕ ਟੂ ਬੈਕ ਤੁਹਾਡੇ ਡਾਇਲੋਗਸ ਜਿੰਨੇ ਫੇਮਸ ਹੁੰਦੇ ਹੈ ਔਨ ਦਾ ਸੋਸ਼ਲ ਮੀਡੀਆ ਆਈ ਮੀਨ ਤੁਸੀਂ ਕਿਵੇਂ ਇਸ ਚੀਜ਼ ਨੂੰ ਮਤਲਬ ਆਈ ਐਮ ਸ਼ੋਰ ਇੰਜੋਏ ਕਰਦੇ ਹੋਗੇ ਬਟ ਐਲਸ ਤੁਹਾਡੇ ਦਿਮਾਗ 'ਚ ਕੀ ਆਉਂਦਾ ਹੈ ਮੇਰੇ ਦਿਮਾਗ 'ਚ ਇਹ ਹੁੰਦਾ ਕਿ ਜਿਹੜੇ ਪ੍ਰੋਡਿਊਸਰਸ ਨੇ ਟਰਸਟ ਕੀਤਾ ਮੇਰੇ 'ਤੇ ਉਹਨਾਂ ਦੇ ਪੈਸੇ ਪੂਰੇ ਹੋ ਜਾਣ ਤਾਂ ਕਿ ਮੇਰੀ ਜਰਨੀ ਇਹ ਨਹੀਂ ਕਿ ਮੇਰੀ ਪੰਜਾਬੀ ਫਿਲਮ ਸੁਪਰ ਹਿੱਟ ਹੋ ਜਾਏ ਮੇਰੀ ਜਰਨੀ ਇਹ ਹੈ ਕਿ ਇੱਕ ਪੰਜਾਬੀ ਫਿਲਮ ਜਿਹੜੀ ਆਲ ਓਵਰ ਇੰਡੀਆ 'ਚ ਹਿੱਟ ਹੋਵੇ ਸੋ ਮੇਰੇ ਇਹ ਸਾਰੇ ਸਟੈਪਸ ਨੇ ਮੇਰੀ ਮੈਨੂੰ ਇਹਦੇ ਵਿੱਚ ਇਹ ਖੁਸ਼ੀ ਹੋਊਗੀ ਕਿ ਮੇਰੇ ਪ੍ਰੋਡਿਊਸਰ ਦੇ ਪੈਸੇ ਪੂਰੇ ਹੋਣ ਤਾਂ ਕਿ ਮੈਂ ਇਸ ਤੋਂ ਬਾਅਦ ਇਸ ਤੋਂ ਵੱਡੀ ਫਿਲਮ ਬਣਾਵਾਂ ਜੇ ਤੁਸੀਂ ਇਸ ਫਿਲਮ ਦਾ ਟ੍ਰੇਲਰ ਦੇਖੋਗੇ ਤੁਹਾਨੂੰ ਲੱਗੂਗਾ ਕਿ ਇਸ ਫਿਲਮ ਦੇ ਬੜੇ ਪੈਸੇ ਲੱਗੇ ਅਤੇ ਪ੍ਰੋਡਿਊਸਰਸ ਨੇ ਕਿਸੇ ਵੀ ਗੱਲੋਂ ਕੋਈ ਕਮੀ ਨਹੀਂ ਛੱਡੀ ਸੋ ਉਹਨਾਂ ਦਾ ਜਿਹੜਾ ਟਰਸਟ ਹੈ ਉਹ ਮੇਰਾ ਲੋਕਾਂ 'ਤੇ ਹੈ ਸੋ ਉਹ ਲੋਕਾਂ ਦਾ ਮੇਰੇ 'ਤੇ ਕਿੱਦਾਂ ਬਣੂਗਾ ਜੇ ਮੈਂ ਕੰਮ ਵਧੀਆ ਕਰੂੰਗਾ ਸੋ ਮੇਰੀ ਪੂਰੀ ਕੋਸ਼ਿਸ਼ ਹੈ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਇਸ ਫਿਲਮ ਦੇ ਵਿੱਚ ਕਿ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਅਤੇ ਫਿਰ ਲੋਕ ਆਪਦਾ ਟਰਸਟ ਦਿਖਾਉਣਗੇ ਅਤੇ ਪ੍ਰੋਡਿਊਸਰ ਦੇ ਪੈਸੇ ਪੂਰੇ ਹੋਣਗੇ ਫਿਰ ਇਹ ਪੰਜਾਬੀ ਸਿਨੇਮਾ ਹੋਰ ਵੱਡਾ ਜੀ ਬਿਲਕੁਲ ਅਖੀਰਲਾ ਸਵਾਲ ਕਿਉਂਕਿ ਹਜੇ ਬਹੁਤ ਮੌਕੇ ਆਉਣੇ ਆ ਬਟ ਅਖੀਰਲਾ ਸਵਾਲ ਜਿਹਦੇ ਲਈ ਮੈਂ ਐਕਸਾਈਟਿਡ ਹਾਂ ਬਾਨੀ ਨਾਲ ਐਕਸਪੀਰੀਅੰਸ ਕਿਹੋ ਜਿਹਾ ਲੈ ਕਿਉਂਕਿ ਉਹਨਾਂ ਦੀ ਵੀ ਡੈਬਿਊ ਹੈ ਐਂਡ ਸੈਕਿੰਡਲੀ ਐਵੀ ਸਰਾ ਐਂਡ ਲੋਕਾਂ ਦੀ ਤਾਂ ਇਹ ਸਟੋਰੀ ਹੈ ਨਾ ਸੋ ਪਲੀਜ਼ ਮੈਨੂੰ ਉਹਨਾਂ ਬਾਰੇ ਦੱਸੋ ਬਾਨੀ ਦਾ ਬਹੁਤ ਵਧੀਆ ਐਂਡ ਮੈਂ ਬੜਾ ਬਲੈਸਡ ਮੰਨਦਾ ਆਪਣੇ ਆਪ ਨੂੰ ਕਿ ਉਹਨਾਂ ਦਾ ਡੈਬਿਊ ਮੇਰੇ ਨਾਲ ਹੋ ਰਿਹਾ ਕਿਉਂ ਪਹਿਲੀਆਂ ਦੋ ਫਿਲਮਾਂ ਦੇ ਵਿੱਚ ਸ਼ੂਟਰ 'ਚ ਵੀ ਡੈਬਿਊ ਸੀ ਸਵਾਲਿਨਾ ਦਾ ਚੁੱਭ 'ਚ ਦ੍ਰਿਸ਼ਟੀ ਦਾ ਇਹਦੇ 'ਚ ਬਾਨੀ ਦਾ ਐਂਡ ਆਈ ਹੋਪ ਕਿ ਮੈਂ ਸਹੀ ਕਰ ਰਿਹਾ ਹੋਊਂਗਾ ਤਾਂ ਹੀ ਰੱਬ ਮੈਨੂੰ ਕਹਿੰਦਾ ਕਿ ਚੱਲ ਕਿ ਇਹਨਾਂ ਦਾ ਵੀ ਡੈਬਿਊ ਤੇਰੇ ਨਾਲ ਆ ਹੈ ਨਾ ਜ਼ਿੰਮੇਵਾਰੀ ਦਿੰਦਾ ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਐਂਡ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਉਹਨਾਂ ਦਾ ਕੰਮ ਪਸੰਦ ਆਊਗਾ ਬਹੁਤ ਜ਼ਿਆਦਾ ਇੱਕ ਨਵੀਂ ਹੀਰੋਇਨ ਮਿਲੂਗੀ ਇੰਡਸਟਰੀ ਨੂੰ ਐਂਡ ਜਿੱਦਾਂ ਦਾ ਲੋਕ ਉਹਨਾਂ ਨੂੰ ਸੋਚਦੇ ਨੇ ਉਹਨਾਂ ਨੇ ਬਿਲਕੁਲ ਆਪੋਜ਼ਿਟ ਕੰਮ ਕਰਕੇ ਆਪਦਾ ਕਰੈਕਟਰ ਤੋੜ ਕੇ ਕੀਤਾ ਲੇਡੀ ਬੌਸ ਰੋਂਦੀ ਹੋਈ ਨਜ਼ਰ ਆ ਸੋ ਇਦਾਂ ਤੁਸੀਂ ਕਦੀ ਬਾਣੀ ਨੂੰ ਦੇਖਿਆ ਨਹੀਂ ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਐਂਡ ਆਮ ਸੋ ਹੈਪੀ ਕਿ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸੋ ਆਲ ਦਾ ਵੈਰੀ ਬੈਸਟ ਐਂਡ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਕਿ ਤੁਸੀਂ ਬਹੁਤ ਹਿੰਮਤ ਕਰਕੇ ਕੁਝ ਬਣਾਉਂਦੇ ਹੋ ਔਰ ਉਸਦਾ ਰਿਜ਼ਲਟ ਤੁਹਾਨੂੰ ਆਡੀਅੰਸ ਪਿਆਰ ਕਰਕੇ ਦੇ ਹੀ ਦਿੰਦੀ ਹੈ ਇਸ ਲਈ ਤੁਹਾਨੂੰ ਸਟਰੈਂਥ ਮਿਲਦੀ ਹੈ ਹੋਰ ਕੁਝ ਨਵਾਂ ਕਰਨ ਦੀ ਸੋ ਉਮੀਦ ਕਰਦੇ ਹਾਂ ਕਿ ਅਸੀਂ ਸਿਨੇਮਾਜ਼ ਦੇ ਵਿੱਚ ਵੇਖਾਂਗੇ ਤੁਹਾਨੂੰ ਔਨ ਦਾ ਬਿਗ ਸਕਰੀਨ ਐਂਡ ਆਲ ਦਾ ਵੈਰੀ ਬੈਸਟ ਲੋਟਸ ਆਫ ਪਾਵਰ ਐਂਡ ਸਟਰੈਂਥ ਟੂ ਯੂ ਸੋ ਕੀਪ ਸ਼ਾਈਨਿੰਗ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡਾ ਸਾਡੇ 'ਤੇ ਬੜਾ ਸ਼ੁਕਰੀਆ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ